ਅੰਮ੍ਰਿਤਸਰ ਦੇ ਪਹਿਲੇ ਮੇਅਰ ਵਜੋਂ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕਰਨ ਵਾਲੇ ਸਿੱਖਿਆ ਮੰਤਰੀ ਪੰਜਾਬ ਦੇ ਮਾਣ ਮੱਤੇ ਅਹੁਦੇ 'ਤੇ ਪਹੁੰਚੇ ਅੰਮ੍ਰਿਤਸਰ ਸ਼ਹਿਰ ਦੇ ਨੇਤਾ ਓਮ ਪ੍ਰਕਾਸ਼ ਸੋਨੀ ਅੱਜ ਜਿਉਂ ਹੀ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਆਪਣੇ ਜੱਦੀ ਸ਼ਹਿਰ ਪਹੁੰਚੇ ਤਾਂ ਉਹਨਾਂ ਦੇ ਸਮਰਥਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਵਾਗਤ ਕਰਦਿਆਂ ਹਰਪਾਲ ਸਿੰਘ ਯੂਕੇ ਗਿੰਨੀ ਭਾਟੀਆ, ਇਕਬਾਲ ਸਿੰਘ ਸੇਰੀ ਅਨਿਲਪੁਰ ਵੱਲੋਂ ਭੰਡਾਰੀ ਪੁਲ 'ਤੇ ਪੁੱਜ ਕੇ ਤਾਂ ਸਮਰਥਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਓਪੀ ਸੋਨੀ ਜਿੰਦਾਬਾਦ ਦੇ ਨਾਅਰੇ ਗੂੰਜਣ ਲੱਗ ਪਏ। ਸ਼ਹਿਰ ਵਾਸੀਆਂ ਵੱਲੋਂ ਇੱਥੇ ਫੁੱਲਾਂ ਦੀ ਵਰਖਾ ਨਾਲ ਸੋਨੀ ਦਾ ਸਵਾਗਤ ਕੀਤਾ ਗਿਆ। ਅੱਜ ਅਸੀਂ ਸਮੂਹ ਰਾਸਾ ਦੇ ਮੈਂਬਰ ਪੰਜਾਬ ਲੈਵਲ ਤੋਂ ਇਕੱਠੇ ਹੋਏ ਹਾਂ। ਅੱਜ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਸਿੱਖਿਆ ਮੰਤਰੀ ਬਣ ਤੇ ਸਮੂਹ ਪੰਜਾਬ ਵਾਸੀਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ ਬਾਹਰ ਵਸਦੇ ਪੰਜਾਬੀ ਭਾਜਨ ਵਧਾਈ ਦਿੰਦੇ ਹਾਂ, ਕਿਉਂਕਿ ਇਹ ਉਹ ਇਨਸਾਨ ਆ ਜੋ ਰਾਸਾ ਦੇ ਚੀਫ ਪੈਟਰਨਰ ਆ, ਸਕੂਲਾਂ ਦੀਆਂ ਸਮੱਸਿਆ ਬਾਰੇ ਭਲੀ ਭਾਂਤ ਜਾਣੂ ਆ, ਕਿਉਂਕਿ ਇਹਨਾਂ ਦਾ ਤਜਰਬਾ ਬਹੁਤ ਆ। 5 ਵਾਰੀ ਅੰਮ੍ਰਿਤਸਰ ਸੰਗਤ ਨੇ ਜਿਤਾਇਆ ਅਤੇ ਅੱਜ ਮਾਣ ਬਖਸ਼ਿਆ ਅੰਮ੍ਰਿਤਸਰ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਸੂਝਵਾਨ ਇਨਸਾਨ, ਤਜਰਬੇਕਾਰ, ਜਿਨ੍ਹਾਂ ਨੂੰ ਸਿੱਖਿਆ ਦੇ ਪੂਰੇ ਤਰ੍ਹਾਂ ਜਾਣਕਾਰ ਆ। ਅੱਜ ਜੋ ਸਾਡੇ ਵਪਾਰੀਆਂ 'ਚ ਖੁਸ਼ੀ ਦੀ ਲਹਿਰ ਹੈ ਕਿ ਸ਼੍ਰੀ ਓਮ ਪ੍ਰਕਾਸ਼ ਸੋਨੀ ਜੀ ਨੂੰ ਮੰਤਰੀ ਪਦ ਤੋਂ ਨਿਵਾਜਿਆ ਗਿਆ, ਮੈਂ ਮੱਝ ਦਾ ਜਰਨੈਲ ਕਹਾਂਗਾ। ਔਰ ਸਾਡੇ ਵਪਾਰੀ ਖੁਸ਼ ਕਿਉਂ ਨੇ? ਇੱਕ ਤਾਂ ਅੰਮ੍ਰਿਤਸਰ ਸਾਹਿਬ ਹੋਣ ਕਾਰਨ, ਦੂਸਰਾ ਪਿਛਲੇ 25 ਸਾਲ ਤੋਂ ਲੋਕਾਂ ਦੀ ਜੋ ਸੇਵਾ ਕਰ ਰਹੇ ਆ ਉਹਦੇ ਕਾਰਨ ਹੀ ਅੱਜ ਇਹਨਾਂ ਨੂੰ ਮੰਤਰੀ ਪਦ ਦਿੱਤਾ ਗਿਆ ਵਾ। ਅਸੀਂ ਲੋਕ ਜਿੱਥੇ ਖੁਸ਼ੀ ਮਨਾ ਰਹੇ ਹਾਂ ਉੱਥੇ ਕੈਪਟਨ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ, ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਓਮ ਪ੍ਰਕਾਸ਼ ਸੋਨੀ ਜੀ ਨੂੰ ਮੰਤਰੀ ਬਣਾਇਆ ਗਿਆ। ਅੱਜ ਬੜੇ ਹੀ ਸਾਲਾਂ ਬਾਅਦ ਅੰਮ੍ਰਿਤਸਰ ਸ਼ਹਿਰ ਦੀ, ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਮੁਰਾਦ ਪੂਰੀ ਹੋਈ ਹੈ। ਸੋਨੀ ਸਾਹਿਬ ਦੀ ਕੈਬਨਿਟ ਮਿਨਿਸਟਰੀ ਅਨਾਊਂਸ ਹੋਈ ਹੈ। ਸ਼ਹਿਰ ਦੇ ਹਰ ਬਛਿੰਦੇ, ਹਰ ਵਰਕਰ, ਹਰ ਸ਼ਹਿਰ ਵਾਸੀ ਦੇ ਮਨ ਦੇ ਵਿੱਚ ਬੜਾ ਚਾਅ ਹੈ ਵੀ ਸੋਨੀ ਸਾਹਿਬ ਦੀ ਝੋਲੀ 'ਚ ਕੈਪਟਨ ਸਾਹਿਬ ਨੇ ਕੈਬਨਿਟ ਮਿਨਿਸਟਰੀ ਪਾ ਕੇ ਇੱਕ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਬਾਂਹ ਫੜੀ ਹੈ। ਡਿਸਟ੍ਰੀਬਿਊਟਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ, ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਾਂਗਰਸ ਗੌਰਮੈਂਟ ਦੇ, ਰਾਹੁਲ ਗਾਂਧੀ ਜੀ ਦੇ, ਜਿਨ੍ਹਾਂ ਨੇ ਸਾਡੇ ਸੋਨੀ ਸਾਹਿਬ ਨੂੰ, ਜਿਹੜੇ ਸ਼ਹਿਰ ਅੰਮ੍ਰਿਤਸਰ ਸ਼ਹਿਰੀ ਨੂੰ ਰਿਪ੍ਰਜੈਂਟ ਕਰਦੇ ਆ, ਉਹਨਾਂ ਨੂੰ ਕੈਬਨਿਟ ਮਿਨਿਸਟਰ ਨਾਲ ਨਿਵਾਜ ਕੇ ਸਾਡੇ ਸ਼ਹਿਰ ਦਾ ਬਹੁਤ ਮਾਣ ਵਧਾਇਆ ਅਸੀਂ ਉਹਦੇ ਲਈ ਉਹਨਾਂ ਦੇ ਬਹੁਤ। ਜਾਗਤੀ ਲੈ ਲਈ ਅੰਮ੍ਰਿਤਸਰ ਤੋਂ ਅਮਨ ਮਾਲ ਦੀ ਰਿਪੋਰਟ।